ਹੇ ਗਾਈਸ, ਬਸ ਸਭ ਕੀ ਹਾਲ ਚਾਲ ਨੇ ਸਾਰਿਆਂ ਦੇ, ਹੋਪ ਯੂ ਆਰ ਡੂਇੰਗ ਵੈਲ। ਜੋਸ਼ਨ ਭਾਈ ਦੀ ਈਪੀ ਆਈ ਹੋਈ ਹੈ ਹਾਰਟ ਬ੍ਰੇਕ ਸੀਜ਼ਨ, ਠੀਕ ਹੈ। ਇਹ ਈਪੀ ਆਈ ਹੈ 7 ਤਰੀਕ ਦੀ ਅਤੇ ਆਪਾਂ ਅੱਜ ਚੈੱਕ ਕਰਨ ਜਾ ਰਹੇ, ਠੀਕ ਹੈ। ਇਹ ਇੰਡੀਆ ਦੇ 14 ਹੋ ਰਹੇ, ਠੀਕ ਹੈ। ਅਤੇ ਸੋਰੀ ਭਾਅ ਜੀ, ਥੋੜ੍ਹਾ ਲੇਟ ਹੋ ਗਿਆ। ਅਤੇ ਬਸ ਹੁਣ ਕੋਈ ਬਕਵਾਸ ਨਹੀਂ ਕਰਨੀ, ਸਿੱਧਾ ਜੰਪ ਕਰਦੇ ਹਾਂ ਈਪੀ ਦੇ ਵਿੱਚ ਅਤੇ ਕਿੱਦਾਂ ਦੀ ਸਾਊਂਡ ਕਰ ਰਹੀ ਆ। ਹਾਰਟ ਬ੍ਰੇਕ ਸੀਜ਼ਨ ਤੋਂ ਤੁਹਾਨੂੰ ਪਤਾ ਲੱਗ ਹੀ ਗਿਆ ਵੀ ਕਿਸ ਬਾਰੇ ਗੱਲ ਹੋਣ ਵਾਲੀ ਹੈ। ਅਤੇ ਚੈੱਕ ਕਰਾਂਗੇ, ਓਕੇ, ਫੀਚਰਿੰਗ ਟੌਕਸਿਕ ਐਂਡ ਜੋਗਾ, ਓਕੇ। ਅਤੇ ਪਹਿਲਾ ਟਰੈਕ ਆ ਓਫੀਸ਼ੀਅਲ ਵੀਡੀਓ ਨਾਲ ਜਿਹੜਾ ਰਿਲੀਜ਼ ਹੋਇਆ ਪਿਆ ਆ, ਪ੍ਰੋਡ ਬਾਏ ਕੇਮਨ ਅਤੇ ਮਿਕਸ ਬਾਏ ਕੇ ਜੇ, ਓਕੇ, ਆਲ ਮਾਈਟੀ ਕੇ ਜੇ। ਆਓ ਚੈੱਕ ਕਰਦੇ ਹਾਂ, 4 AM, 4 ਵਜੇ, ਅਤੇ ਲੈਟਸ ਗੋ। ਓਕੇ ਭਾਅ ਜੀ, 4 ਵਜੇ ਸ਼ੂਟ ਕੀਤਾ ਲੱਗਦਾ ਹੈ, ਦੱਸਿਓ ਕਮੈਂਟ ਵਿੱਚ। ਅੱਛਾ, ਇਹ ਰੁਕੋ, ਹਾਂ ਠੀਕ ਹੈ। ਇਹ ਗਾਣੇ ਦਾ ਫ੍ਰੀ ਸਟਾਈਲ ਭਾਈ ਨੇ ਪਾਇਆ ਹੋਇਆ ਸੀਗਾ, ਜੇ ਜੋ ਕਿ ਹੁਣ ਰਿਮੂਵ ਕਰ ਦਿੱਤਾ ਹੈ, ਠੀਕ ਹੈ। ਅਤੇ ਮੈਨੂੰ ਥੋੜ੍ਹੀਆਂ ਜਿਹੀ ਲਾਈਨਾਂ ਯਾਦ ਆ, ਬਾਕੀ ਭਾਅ ਜੀ ਆਪਾਂ ਬਿਲਕੁਲ ਨਹੀਂ ਸੁਣਿਆ ਹੋਇਆ, ਠੀਕ ਹੈ। ਨਾ ਮੈਂ ਸਟੋਰੀਜ਼ ਦੇਖੀਆਂ ਭਾਈ ਇਹਦੀ, ਨਾ ਕੁਛ ਚੈੱਕ ਕੀਤਾ, ਅਤੇ ਬਸ ਹੁਣ ਸਾਡੇ ਲਈ ਫਰੈਸ਼ ਹੀ ਆ ਜਿਹੜਾ ਫਾਈਨਲ ਵਰਜ਼ਨ। ਆਜੋ ਚੈੱਕ ਕਰਦੇ, ਸਟਾਰਟ ਵਧੀਆ ਕੀਤਾ ਯਾਰ। ਹਾਂ ਹਾਂ, ਕਿਆ ਬਾਤ ਹੈ, ਪੂਰੇ ਨਸ਼ੇ 'ਚ ਚਾਰ ਗੱਲਾਂ ਲਿਖਣ ਲੱਗਾ 4 ਵਜੇ, ਕਹਿਣਗੇ ਕਿ 4 ਲੋਕ ਜਾਲ ਵਿੱਚ ਅਸੀਂ ਫਸੇ, 4 ਦੀਵਾਰੀ ਵਿੱਚ ਕੈਦ। ਠੀਕ ਹੈ, ਆਪਾਂ ਏ ਸੀ ਪੀ ਵਿੱਚ ਲਿਰਿਕਸ ਉੱਤੇ ਜ਼ਿਆਦਾ ਗੌਰ ਕਰਾਂਗੇ, ਠੀਕ ਹੈ। ਮੁੰਡਾ ਧਿਆਨ ਨਾਲ ਸੁਣੋ, ਬੰਦਾ ਕੀ ਕਹਿੰਦਾ ਹੈ ਕਿ ਨਸ਼ੇ 'ਚ 4 ਗੱਲਾਂ ਲਿਖਣ ਲੱਗਾ 4 ਵਜੇ, ਕਿਆ ਬਾਤ ਹੈ, 4 ਵਜੇ। ਹਾਂ ਹਾਂ, ਆਜੋ, ਨਸ਼ੇ 'ਚ 4 ਗੱਲਾਂ ਲਿਖਣ ਲੱਗਾ 4 ਵਜੇ, ਕਹਿਣਗੇ ਕਿ 4 ਲੋਕ ਜਾਲ ਵਿੱਚ ਅਸੀਂ ਫਸੇ, 4 ਦੀਵਾਰੀ ਵਿੱਚ ਕੈਦ, ਕੌਣ ਬਾਹਰ ਕੱਢੇ, ਤਿੰਨ ਚਾਰ ਜ਼ਿੰਦਗੀ ਦੇ ਵਿੱਚੋਂ 2-3 ਵਜੇ। ਕਿਆ ਬਾਤ ਹੈ, ਕਹਿੰਦਾ ਦਿਨ 4 ਜ਼ਿੰਦਗੀ, ਠੀਕ ਹੈ। ਜਿੱਦਾਂ ਆਪਾਂ ਕਹਿ ਹੀ ਦਿੰਦੇ ਕਿ ਹਾਂ 4 ਦਿਨਾਂ ਦੀ ਜ਼ਿੰਦਗੀ ਆ, ਅਤੇ ਭਾਅ ਜੀ ਕਹਿ ਰਹੇ ਕਿ 4 ਦਿਨਾਂ ਦੀ ਜ਼ਿੰਦਗੀ ਵਿੱਚੋਂ ਹੁਣ ਬਸ ਸਾਡੇ 2 ਹੀ ਦਿਨ ਬਚੇ ਆ, ਆਪਾਂ ਅੱਧੀ ਜ਼ਿੰਦਗੀ ਜੀ ਚੁੱਕੇ ਹਾਂ। ਕਿਆ ਬਾਤ ਹੈ ਭਾਅ ਜੀ, ਦੀਵਾਰੀ ਵਿੱਚ ਕੈਦ, ਕੌਣ ਬਾਹਰ ਕੱਢੇ, 3-4 ਜ਼ਿੰਦਗੀ ਦੇ ਵਿੱਚੋਂ 2-3 ਬਚੇ, ਕਿੰਨਾ ਆ ਡਿੱਗੇ ਅਸੀਂ, ਕਿੰਨਾ ਅਸੀਂ ਅੱਗੇ ਵਧੇ, ਤੁਹਾਨੂੰ ਕੀ ਦੱਸਾਂ ਮੇਰੇ ਕਿੰਨੇ ਪੈਰੀ ਫੱਟ ਲੱਗੇ, ਤੇ ਫਿਰ ਸੱਟ ਲੱਗੇ, ਆਪਣਾ ਜੋ ਕਰੇ ਦਗਾ, ਹੰਝੂਆਂ ਦੇ ਬੰਨ ਲੱਗੇ, ਅੱਖਾਂ ਕਿਵੇਂ ਨਾ ਪਰਾਂ, ਕਹਿੰਦੇ ਤੂੰ ਮੈਂਟਲੀ ਅਪਸੈਟ, ਬ੍ਰੇਕ ਡਾਊਨ ਹੋਵੇ ਮੇਰਾ ਕਰਾਂ ਅਥਰੂ, ਸ਼ਰੈਡ ਦਿਲ ਮੇਰਾ ਰੋਵੇ, ਹੁਣ ਕੁਝ ਵੀ ਐ ਨਹੀਂ ਸੈੱਟ, ਤੁਰਨੇ ਹੁਣ ਮੰਜ਼ਲਾਂ, ਆਮ ਨਾਟ ਦੇਅਰ ਯੇਟ, ਬੱਲੇ ਵੇ ਹੁਣ ਕੁਝ ਵੀ ਐ ਨਹੀਂ ਸੈੱਟ, ਤੁਰਨੇ ਹੁਣ ਮੰਜ਼ਲਾਂ, ਆਮ ਨਾਟ ਦੇਅਰ ਯੇਟ, ਬੱਲੇ ਮੀ ਟੈਲ ਯੂ ਦੈਟ, ਮੈਂ ਹਜੇ ਹਾਰਿਆ ਨਹੀਂ, ਦਿਲ ਮੇਰਾ ਭਰਿਆ ਲੈ ਤੁਰਦਾ ਮੈਂ ਜਾ ਰਿਹਾ ਨਹੀਂ, ਨਸ਼ਾ ਮੇਰੀ ਨਸਾਂ ਵਿੱਚ, ਦਿਲ ਮੇਰਾ ਭਰਿਆ ਤੇ ਮੈਂ ਤੁਰਦਾ ਜਾ ਰਿਹਾ ਨਹੀਂ। ਕਿਆ ਬਾਤ ਹੈ, ਠੀਕ ਹੈ। ਮਤਲਬ ਇੱਕ ਟਾਈਮ ਇੱਦਾਂ ਦਾ ਆਉਂਦਾ ਨਾ ਕਿ ਸਾਡੇ ਦਿਲ 'ਚ ਬਹੁਤ ਗੱਲਾਂ ਹੁੰਦੀਆਂ, ਠੀਕ ਆ, ਅਤੇ ਆਪਾਂ ਲਾਈਫ ਨੂੰ ਫੇਸ ਨਹੀਂ ਕਰ ਪਾਉਂਦੇ। ਮਤਲਬ ਫੇਸ ਤਾਂ ਚਲੋ ਅਲੱਗ ਗੱਲ ਹੋ ਗਈ, ਠੀਕ ਹੈ। ਆਪਾਂ ਨੂੰ ਲਾਈਫ ਬੜੀ ਭਾਰੀ ਜਿਹੀ ਲੱਗਣ ਲੱਗ ਪੈਂਦੀ ਜ਼ਿੰਦਗੀ 'ਚੋਂ, ਵਿਵਿਡ ਫਿਲਟਰ, ਠੀਕ ਆ, ਇਨ ਸ਼ੋਰਟ ਕਹਿ ਸਕਦੇ, ਵਿਵਿਡ ਫਿਲਟਰ, ਜਿੱਦਾਂ ਕਲਰਫੁੱਲ ਲਾਈਫ ਹੁੰਦੀ ਹੈ, ਠੀਕ ਆ। ਮਤਲਬ ਜਦੋਂ ਸਾਨੂੰ ਸਟ੍ਰੈਸ ਵਗੈਰਾ ਨਹੀਂ ਹੁੰਦਾ, ਠੀਕ ਆ, ਆਪਾਂ ਆਸ਼ਕੀ 'ਚ ਨਹੀਂ ਪਏ ਹੁੰਦੇ, ਇਨ ਸ਼ੋਰਟ, ਅਤੇ ਸਾਡੀ ਜ਼ਿੰਦਗੀ 'ਚੋਂ ਤਾਂ ਵਿਵਿਡ ਫਿਲਟਰ ਹੁੰਦੇ ਆ, ਅਤੇ ਜਦੋਂ ਇਹ ਸਭ ਖਤਮ ਹੁੰਦਾ ਅਤੇ ਉਦੋਂ ਮਤਲਬ ਬਿਲਕੁਲ ਬਲੈਕ ਐਂਡ ਵਾਈਟ ਸਭ ਕੁਝ ਹੋ ਜਾਂਦਾ, ਅਤੇ ਸਾਡੇ ਦਿਲ ਵਿੱਚ ਬਹੁਤ ਚੀਜ਼ਾਂ ਭਰੀਆਂ ਪਈਆਂ, ਆਪਾਂ ਸਭ ਲੈ ਕੇ ਤੁਰਦੇ ਵੇ, ਠੀਕ ਆ, ਭਾਰ ਜੋ ਵੀ ਆ ਬੋਝ, ਠੀਕ ਆ, ਚੱਕੀ ਫਿਰਦੇ ਵੇ, ਇੱਕ ਚਿਹਰੇ ਸਮਾਈਲ ਰੱਖ ਕੇ। ਮਤਲਬ ਕਿ ਮੈਂ ਮੌਤ ਨੂੰ ਕਿਉਂ ਲੱਭਾਂ,
ਮੈਂ ਮੌਤ ਨੂੰ ਕਿਉਂ ਲੱਭਾਂ, ਜ਼ਿੰਦਗੀ ਤੋਂ ਹਾਰ ਗਿਆ ਮੈਂ। ਠੀਕ ਹੈ ਯਾਰ, ਇਹ ਗੱਲ ਡੀਪ ਹੈ। ਠੀਕ ਹੈ, ਕਹਿ ਸਕਦੇ ਕਿ ਹਾਂ ਜ਼ਿੰਦਗੀ ਜ਼ਿੰਦਗੀ 'ਚ ਆਪਣੇ ਆਪ ਨੂੰ ਮਾਰ ਲੈਣਾ, ਠੀਕ ਆ, ਜਾਂ ਫਿਰ ਕਹਿ ਸਕਦੇ ਕਿ ਜਦੋਂ ਮਤਲਬ ਸਾਨੂੰ ਕੋਈ ਛੱਡ ਜਾਂਦਾ, ਕੋਈ ਆਪਣਾ ਖਾਸ, ਠੀਕ ਆ, ਜਿੰਦੇ ਜੀ ਮਾਰ ਜਾਂਦਾ ਆ, ਤੇ ਫਿਜ਼ੀਕਲੀ ਮਰਨਾ ਤੇ ਇੱਥੇ ਰਹਿ ਕੇ ਮਰ ਜਾਣਾ, ਬਹੁਤ ਦੋਨੇ ਅਲੱਗ ਚੀਜ਼ਾਂ, ਤੇ ਇਹ ਚੀਜ਼ ਜ਼ਿਆਦਾ ਹਰਟ ਕਰਦੀ ਹੈ। ਕਿਆ ਤੋਹਾਰਿਆਂ ਨੀ ਦਿਲ ਤੁੜਵਾ ਲਿਆ ਨੀ, ਉਹੀ ਟੁੱਟਿਆ ਤੇ ਲਿਖਾ ਗੀਤ, ਲਹੂ ਬਣਿਆ ਸੀ ਆਈ ਖੂਨ ਨਾਲ ਲਿਖਾ ਜੀਤ, ਕਿਆ ਬਾਤ ਜੀਤ ਹੋਣੀ ਮੇਰੀ ਲਾਜ਼ਮੀ ਹੈ, ਜਿੱਤੂ ਹਰ ਬਾਜ਼ੀ ਹੁਣ ਤਾਸ਼ ਦੀ ਮੈਂ, ਕਲਮ ਤੇ ਕਲਾ ਮੈਨੂੰ ਰੋਜ਼ ਹੀ ਤਰਾਸ਼ਦੀ ਹੈ, ਬਣਾ ਕਿਉਂ ਲਾਸ਼ ਮੈਨੂੰ ਜ਼ਿੰਦਗੀ ਪੁਕਾਰ ਰਹੀ ਹੈ, ਬਣਾ ਕਿਉਂ ਲਾਸ਼ ਜਦੋਂ ਜ਼ਿੰਦਗੀ ਪੁਕਾਰ ਰਹੀ ਹੈ, ਹੋਣਾ ਕਿਉਂ ਲਾਸ਼ ਜਦੋਂ ਜ਼ਿੰਦਗੀ ਪੁਕਾਰ ਰਹੀ ਹੈ। ਜ਼ਿੰਦਗੀ ਪੁਕਾਰ ਰਹੀ ਹੈ, ਹਾਂ ਨਸ਼ੇ ਚ ਚਾਰ ਗੱਲਾਂ ਲਿਖਣ ਲੱਗਾ 4 ਵਜੇ, ਕਹਿਣਗੇ ਕਿ ਚਾਰ ਲੋਕ ਜਾਲ ਵਿੱਚ ਅਸੀਂ ਫਸੇ, ਚਾਰ ਦੀਵਾਰੀ ਵਿੱਚ ਕੈਦ ਕੌਣ ਪਾਰ ਕੱਢੇ, ਤੇ ਚਾਰ ਜ਼ਿੰਦਗੀ ਦੇ ਵਿੱਚੋਂ ਦੋ ਦਿਨ ਬਚੇ, ਕਿੰਨਾ ਆ ਡਿੱਗੇ ਅਸੀਂ, ਕਿੰਨਾ ਅਸੀਂ ਅੱਗੇ ਵਧੇ, ਤੁਹਾਨੂੰ ਕੀ ਦੱਸਾਂ ਮੇਰੇ ਕਿੰਨੇ ਪੈਰੀ ਫੱਟ ਲੱਗੇ, ਦਿਲ ਤੇ ਫਿਰ ਸੱਟ ਲੱਗੇ, ਆਪਣਾ ਜੋ ਕਰੇ ਦਗਾ, ਹੰਝੂਆਂ ਦੇ ਬੰਨ ਲੱਗੇ, ਅੱਖਾਂ ਕਿਵੇਂ ਨਾ ਭਰਾਂ ਯਾਰ, ਅੱਖਾਂ ਕਿਉਂ ਨਾ ਭਰਾਂ, ਕਿਆ ਬਾਤ ਹੈ ਯਾਰ, ਹੰਝੂਆਂ ਦੇ ਬੰਨ ਲੱਗੇ, ਅੱਖਾਂ ਕਿਵੇਂ ਨਾ ਭਰਾਂ। ਫੱਕ ਮੈਨ, ਕਹਿ ਗਿਆ ਬੰਦਾ, ਵਧੀਆ ਗੱਲ ਕਹਿ ਗਿਆ। ਬਾਈ ਦ ਵੇ ਗੁੱਡ ਵੀਡੀਓ, ਫੱਕ ਮੈਨ ਨਾ ਭਰਾਂ। ਨਾਈਸ ਯਾਰ, ਆਊਟਰ ਵੀ ਬਹੁਤ ਸੋਹਣਾ ਸੀਗਾ। ਠੀਕ ਹੈ, ਪ੍ਰੋਡਿਊਸਰ ਨੇ ਬਹੁਤ ਖਰਾ ਕੰਮ ਕੀਤਾ। ਠੀਕ ਹੈ ਜੋਸ਼ਨ ਭਾਜੀ, ਲਾਊਡ ਦਾ ਟਰੈਕ ਭਾਜੀ, ਸੱਚੀ ਮੈਂ ਵੇਟ ਕੀਤੀ ਇਸ ਚੀਜ਼ ਲਈ, ਮੈਂ ਫਾਈਨਲ ਆਊਟਪੁੱਟ ਸੁਣਨਾ ਚਾਹੁੰਦਾ ਸੀਗਾ। ਠੀਕ ਹੈ, ਅਤੇ ਕਿਹੜੇ ਬੰਦਾ ਉਹ ਆ, ਠੀਕ ਹੈ, ਮੈਂ ਤੁਹਾਨੂੰ ਉਹ ਗੱਲ ਕੀਤੀ ਸੀਗੀ, ਈਪੀ ਮੈਂ ਰਿਐਕਟ ਕੀਤੀ ਆ, ਮੇਰੇ ਖਿਆਲ ਨਾਲ ਤੁਸੀਂ ਮੈਨੂੰ ਪਹਿਲਾਂ ਤੋਂ ਦੇਖਦੇ ਪਏ ਜੇ, ਅਤੇ ਮੈਂ ਭਾਈ ਈਪੀ ਰਿਐਕਟ ਕੀਤੀ ਸੀਗੀ, ਅਤੇ ਉਹਦੇ ਵਿੱਚ ਕੇਜੇ ਨੇ ਕੰਮ ਕੀਤਾ ਸੀਗਾ। ਠੀਕ ਹੈ, ਉਹਦੇ ਵਿੱਚ ਮੈਨੂੰ ਲੋ ਲੱਗ ਰਿਹਾ ਸੀਗਾ ਮਿਕਸ ਮਾਸਟਰ ਵਾਲਾ ਕੰਮ, ਅਤੇ ਇਹਦੇ ਵਿੱਚ ਬੰਦੇ ਨੇ ਕੰਮ ਕਾਫੀ ਜ਼ਿਆਦਾ ਵਧੀਆ ਸੁਧਾਰਿਆ, ਅਤੇ ਵਧੀਆ ਲੱਗ ਰਿਹਾ, ਸਾਊਂਡ ਕਰ ਰਿਹਾ, ਉਹ ਇੱਕ ਵਧੀਆ ਫੀਲ ਦੇ ਰਿਹਾ। ਅਤੇ ਯਾਰ ਹਾਰਟ ਬ੍ਰੇਕ ਸੀਜ਼ਨ ਆ, ਅਤੇ ਥੋੜ੍ਹਾ ਦੁਖੀ ਤਾਂ ਹੋਊਗਾ ਮਨ ਸੁਣ ਕੇ, ਪਰ ਕੋਈ ਗੱਲ ਨਹੀਂ, ਚੱਲਣ ਦਿਓ। ਠੀਕ ਹੈ, ਮਜ਼ਾ ਆਇਆ, ਵਧੀਆ ਇੱਕ ਟਰੈਕ ਆ, ਜਾ ਕੇ ਵਾਈਬ ਕਰੋ ਜੇ ਤੁਸੀਂ ਇੱਦਾਂ ਦੇ ਗਾਣੇ ਪਸੰਦ ਕਰਦੇ। ਠੀਕ ਹੈ, ਮਤਲਬ ਇੱਕ ਰਿਐਲਿਟੀ ਬੇਸਡ ਜੇ ਤੁਸੀਂ ਦੇਖਣਾ ਚਾਹੁੰਦੇ। ਠੀਕ ਹੈ, ਫੁਗਰੀ ਤਾਂ ਯਾਰ ਹਰੇਕ ਕੋਈ ਮਾਰ ਦਿੰਦਾ, ਠੀਕ ਹੈ, ਹਾਂ ਅਸੀਂ ਆਹ ਕਰ ਦਾਂਗੇ, ਉਹ ਕਰ ਦਾਂਗੇ, ਰਿਐਲਿਟੀ ਬੇਸਡ। ਠੀਕ ਹੈ, ਸਮਟਾਈਮਸ ਇਟਸ ਓਕੇ ਟੂ ਬੀ ਸੈਡ। ਠੀਕ ਹੈ, ਅਤੇ ਜੋ ਤੁਸੀਂ ਫੀਲ ਕਰਦੇ ਆ, ਠੀਕ ਹੈ, ਜੋ ਤੁਹਾਡੇ ਅੰਦਰ ਦੀਆਂ ਫੀਲਿੰਗਸ ਆ, ਉਹ ਇਸ ਗਾਣੇ ਵਿੱਚ ਆ, ਅਤੇ ਜਾ ਕੇ ਜ਼ਰੂਰ ਸੁਣੋ, ਮੈਂ ਤਾਂ ਆਹੀ ਕਹੂੰਗਾ, ਵਧੀਆ ਚੀਜ਼ ਲਿਖੀ ਹੋਈ ਆ, ਅਤੇ ਵਧੀਆ ਲੱਗਾ, ਵਰਥ ਦਾ ਵੇਟ। ਠੀਕ ਹੈ, ਬਾਕੀ ਆਪਾਂ ਸਾਰੀ ਈਪੀ ਚੈੱਕ ਕਰਾਂਗੇ, ਬਣੇ ਰਹੋ, ਅਤੇ ਇੱਦਾਂ ਹੀ ਇੰਜੋਏ ਕਰਨ ਲਈ ਸਬਸਕ੍ਰਾਈਬ ਕਰ ਲਓ, ਅਤੇ 4 AM 4 AM 'ਤੇ ਹਾਰਟਬ੍ਰੇਕ ਸੀਜ਼ਨ ਨੂੰ ਜਾ ਕੇ ਜਿੰਨਾ ਜ਼ਿਆਦਾ ਹੋ ਸਕੇ ਸਟ੍ਰੀਮਿੰਗ ਪਲੇਟਫਾਰਮਸ 'ਤੇ ਪਿਆਰ ਦਿਓ, ਔਫੀਸ਼ੀਅਲ ਵੀਡੀਓ ਨੂੰ ਪਿਆਰ ਦਿਓ, ਅਤੇ ਬਸ ਹੋਰ ਕੁਛ ਨਹੀਂ ਮੈਂ ਕਹਿਣਾ ਚਾਹੂੰਗਾ, ਜ਼ਿਆਦਾ ਖਿੱਚਣਾ ਨਹੀਂ ਵੀਡੀਓ ਨੂੰ, ਮਿਲਦੇ ਨੈਕਸਟ ਵੀਡੀਓ ਤੋਂ ਤੱਕ ਲਈ, ਬਾਏ ਬਾਏ, ਟੇਕ ਕੇਅਰ, ਥੈਂਕ ਯੂ ਫੋਰ ਵਾਚਿੰਗ।